ਸਟੇਜ ਦੇ ਉੱਤੋਂ ਕੋਈ ਗਲਤ ਬੋਲਣਾ ਉਹ ਠੀਕ ਨਹੀਂ ਹੈ ਸਟੇਜ ਦੇ ਉੱਤੋਂ ਸਰਦਾਰ ਨਹੀਂ ਗਦਾਰ ਕਹਿਣਾ ਵੀ ਗਲਤ ਗੱਲ ਸੀ ਸਟੇਜ ਦੇ ਉੱਤੋਂ ਇਹ ਗੱਲਾਂ ਕਰਨੀਆਂ ਵੀ ਕੋਈ ਠੀਕ ਨਹੀਂ ਹੈ ਤੁਹਾਡੀ ਆਪਣੀ ਪੋਲਿਟਿਕਸ ਆ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਆਪਦੇ ਮੰਚ ਤੋਂ ਕਰੋ ਆਪਣੇ ਪ੍ਰੈਸ ਨੋਟ 'ਚ ਕਰੋ ਆਪਣੀ ਪ੍ਰੈਸ ਕਾਨਫਰੈਂਸ ਰੱਖ ਲਓ ਆਪਣੀ ਆਪਣੀ ਜਥੇਬੰਦੀ ਕੋਈ ਪ੍ਰੈਸ ਕਾਨਫਰੈਂਸ ਰੱਖ ਲੈ ਪਰ ਸੰਯੁਕਤ ਮੋਰਚੇ ਦੀ ਸਟੇਜ ਤੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਸੋਭਦੀ ਜਿਹੜਾ ਜਿਹੜਾ ਵੀ ਅਗਰੈਸਿਵ ਹੋਇਆ ਉਨੂੰ ਮੂਹ ਦੀ ਖਾਣੀ ਪਈ ਆ ਬਿਨਾ ਗਲ ਤੋਂ ਚੀਜ਼ਾਂ ਨੂੰ ਇਸ਼ੂ ਬਣਾਉਣਾ ਇਸ ਤਰੀਕੇ ਨਾਲ ਸੰਯੁਕਤ ਮੋਰਚਾ ਅਲਟੀਮੇਟ ਬੋਡੀ ਐ ਇਸ ਮੋਰਚੇ ਦੀ ਉਹਨਾਂ ਨੇ ਠੀਕ ਫੈਸਲਾ ਲਿਆਗਾ ਜਰੋਦ ਸਿੰਘ ਮਾਨਸਾ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਸਸਪੈਂਡ ਕੀਤਾ ਗਿਆ ਇਸ ਫੈਸਲੇ ਨੂੰ ਕਿਵੇਂ ਦੇਖਿਆ ਜਾਵੇ ਦੇਖੋ ਅੰਦੋਲਨ ਸਭ ਦਾ ਅੰਦੋਲਨ ਨਾ ਖੱਬੇ ਪੱਖੀਆਂ ਦਾ ਨਾ ਸਿੱਖਾਂ ਦਾ ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ ਅੰਦੋਲਨ ਮੁਸਲਮਾਨਾਂ ਦਾ ਵੀ ਐ ਸਿੱਖਾਂ ਦਾ ਵੀ ਐ ਖੱਬੇ ਪੱਖੀਆਂ ਦਾ ਵੀ ਐ ਸਭ ਦਾ ਗਾ ਅੰਦੋਲਨ ਤੁਹਾਡੀ ਆਪਣੀ ਕੋਈ ਪੋਲਿਟਿਕਸ ਹੋ ਸਕਦੀ ਹੈ ਤੁਹਾਡੀ ਆਪਣੀ ਪਾਰਟੀ ਦੇ ਵਿਚਾਰ ਨੇ ਉਹ ਤੁਹਾਡੀ ਆਪਣੀ ਪਾਰਟੀ ਦੇ ਵਿਚਾਰ ਹੋ ਸਕਦੇ ਤੁਸੀਂ ਆਪਣੀ ਪਾਰਟੀ ਦੇ ਪਲੇਟਫਾਰਮ ਤੋਂ ਕੋਈ ਪ੍ਰੈਸ ਨੋਟ ਜਾਰੀ ਕਰ ਦਿਓ ਜੇ ਤੁਹਾਨੂੰ ਲੱਗਦਾ ਕੋਈ ਇਸ਼ੂ ਆ ਤੁਹਾਡੀ ਆਪਣੀ ਪੋਲਿਟਿਕਸ ਹੋਊਗੀ ਪਰ ਸਟੇਜ ਦੇ ਉੱਤੋਂ ਕੋਈ ਗਲਤ ਬੋਲਣਾ ਉਹ ਠੀਕ ਨਹੀਂ ਹੈ ਸਟੇਜ ਦੇ ਉੱਤੋਂ ਸਰਦਾਰ ਨਹੀਂ ਗਦਾਰ ਕਹਿਣਾ ਵੀ ਗਲਤ ਗੱਲ ਸੀ ਸਟੇਜ ਦੇ ਉੱਤੋਂ ਇਹ ਗੱਲਾਂ ਕਰਨੀਆਂ ਵੀ ਕੋਈ ਠੀਕ ਨਹੀਂ ਹੈ ਤੁਹਾਡੀ ਆਪਣੀ ਪੋਲਿਟਿਕਸ ਆ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਆਪਦੇ ਮੰਚ ਤੋਂ ਕਰੋ ਆਪਣੇ ਪ੍ਰੈਸ ਨੋਟ ਚ ਕਰੋ ਆਪਣੀ ਪ੍ਰੈਸ ਕਾਨਫਰੈਂਸ ਰੱਖ ਲਓ ਆਪਣੀ ਆਪਣੀ ਜਥੇਬੰਦੀ ਕੋਈ ਪ੍ਰੈਸ ਕਾਨਫਰੈਂਸ ਰੱਖ ਲੇ ਪਰ ਸੰਯੁਕਤ ਮੋਰਚੇ ਦੀ ਸਟੇਜ ਤੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਸੋਭਦੀ ਲੀਡਰਾਂ ਨੂੰ ਖੁਦ ਧਿਆਨ ਰੱਖਣ ਦੀ ਲੋੜ ਆ ਮੈਨੂੰ ਲੱਗਦਾ ਅੰਦੋਲਨ ਨੇ ਵਧੀਆ ਫੈਸਲਾ ਲਿਆ ਦੇਖੋ ਇਹ ਗੱਲਾਂ ਫਿਰ ਬਾਅਦ ਚੋਂ ਵੱਧੂ ਗੱਲ ਤੋਂ ਇਸ਼ੂ ਬਣਦੀਆਂ ਨੇ ਸੰਯੁਕਤ ਮੋਰਚੇ ਨੇ ਨਾਲ ਦੀ ਨਾਲ ਉਹਨਾਂ ਨੂੰ 15 ਦਿਨ ਲਈ ਸਸਪੈਂਡ ਕੀਤਾ ਜੀ ਇੱਥੇ ਹਰ ਵਿਚਾਰਧਾਰਾ ਹਰ ਇੱਥੇ ਧਰਮਾਂ ਦੇਖੋ ਧਰਮਾਂ 'ਚ ਕਿੰਨੇ ਮਤਭੇਦ ਨੇ ਵਿਚਾਰਧਾਰਾ ਵਿੱਚ ਤਾਂ ਮਤਭੇਦ ਹੈਗੇ ਹੈਗੇ ਨੇ ਵਿਚਾਰਧਰਮਾਂ 'ਚ ਮਤਭੇਦ ਹੁੰਦੇ ਆ ਧਰਮਾਂ 'ਚ ਮਤਭੇਦ ਹੁੰਦੇ ਆ ਜਾਤਾਂ 'ਚ ਮਤਭੇਦ ਹੁੰਦੇ ਆ ਵਰਗਾਂ 'ਚ ਮਤਭੇਦ ਹੁੰਦੇ ਆ ਸਾਰੇ ਇੱਕ ਮੰਚ ਦੇ ਉੱਤੇ ਬੈਠੇ ਨੇ ਤਾਂ ਉਦੋਂ ਫਰਜ਼ ਬਣਦਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਜਿਹੜਾ ਵੀ ਵਰਗ ਉਸ ਅੰਦੋਲਨ 'ਚ ਆ ਜਿਹੜਾ ਵਰਗ ਨਹੀਂ ਵੀ ਆ ਉਹ ਹਰਟ ਹੋਵੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਕੋਈ ਇਹ ਜੀ ਗੱਲ ਨਹੀਂ ਕਰਨੀ ਚਾਹੀਦੀ ਪੰਜਾਬ ਦੀ ਹਿਸਟਰੀ 'ਚ ਤਾਂ ਬਹੁਤ ਕੋਝਾ ਜੇ ਤੁਸੀਂ ਹਿਸਟਰੀਆਂ ਦੇਖੋਗੇ ਕਿ ਲੈਫਟ ਨੇ ਕੀ ਕੀਤਾ ਲੈਫਟ ਦੀਆਂ ਕੀ ਗਲਤੀਆਂ ਸੀ ਸਿੱਖਾਂ ਦੀਆਂ ਕੀ ਗਲਤੀਆਂ ਸੀ ਪੰਜਾਬ ਦੇ ਇਤਿਹਾਸ 'ਚ ਬਾਕੀ ਵਰਗਾਂ ਦੀਆਂ ਕੀ ਗਲਤੀਆਂ ਸੀ ਕਿਹੜੇ ਧਰਮ ਦਾ ਕੀ ਰੋਲ ਸੀ ਕੀ ਨਹੀਂ ਸੀ ਇਹ ਤਾਂ ਫਿਰ ਜਿੰਨਾ ਮਰਜ਼ੀ ਫਰੋਲ ਲਓ ਬਹੁਤ ਸਾਰਾ ਕੁਝ ਹੈਗਾ ਇਹ ਫਰੋਲਣ ਨਹੀਂ ਗਏ ਉੱਥੇ ਉੱਥੇ ਗਏ ਹੋਏ ਹਾਂ ਇੱਕ ਕੌਜ਼ ਲਈ ਇੱਕ ਮੁੱਦੇ ਲਈ ਜਿਹੜਾ ਇੱਕ ਸਾਂਝਾ ਇਸ਼ੂ ਹੈਗਾ ਤਾਂ ਉਹ ਸਾਂਝੇ ਇਸ਼ੂ ਦੇ ਉੱਤੇ ਸਾਂਝੀਆਂ ਗੱਲਾਂ ਕਰਨ ਦੀ ਲੋੜ ਹੈ ਨਾ ਕਿ ਆਪਣੀ ਰਾਜਨੀਤੀ ਚਮਕਾਉਣ ਲਈ ਆਪਣੇ ਆਪ ਨੂੰ ਚਮਕਾਉਣ ਲਈ ਕਿ ਮੈਂ ਬਹੁਤ ਤੱਤੀ ਜੀ ਗੱਲ ਕਰੂੰਗਾ ਤੇ ਮੈਂ ਹੀਰੋ ਬਣ ਜੂ ਉਹ ਤੱਤੀ ਗੱਲ ਉਹਨਾਂ ਤੇ ਹੀ ਭਾਰੀ ਪੈ ਜਾਂਦੀ ਮੈਂ ਕਹਿੰਦਾ ਉਹਨਾਂ ਮੋਰਚੇ 'ਚ ਜਿਹੜਾ ਜਿਹੜਾ ਵੀ ਅਗਰੈਸਿਵ ਹੋਇਆ ਉਹਨੂੰ ਮੂੰਹ ਦੀ ਖਾਣੀ ਪਈ ਬਿਨਾ ਗਲਤੋਂ ਚੀਜ਼ਾਂ ਨੂੰ ਇਸ਼ੂ ਬਣਾਉਣਾ ਇਸ ਤਰੀਕੇ ਨਾਲ ਸੰਯੁਕਤ ਮੋਰਚਾ ਅਲਟੀਮੇਟ ਬੋਡੀ ਐ ਇਸ ਮੋਰਚੇ ਦੀ ਉਹਨਾਂ ਨੇ ਠੀਕ ਫੈਸਲਾ ਲਿਆਗਾ ਔਰ ਬਾਕੀਆਂ ਨੂੰ ਵੀ ਇਸ ਗੱਲ ਦੇ ਉੱਤੇ ਸਮਝਣ ਦੀ ਲੋੜ ਆ ਕਿ ਜਦੋਂ ਤੱਕ ਅੰਦੋਲਨ ਚੱਲਦਾ ਤੁਹਾਡੀ ਰਾਜਨੀਤੀ ਐ ਸਭ ਨੂੰ ਪਤਾ ਸਭ ਦੀ ਕੀ ਕੀ ਰਾਜਨੀਤੀ ਐ ਕਿਹਦਾ ਕੀ ਦੀ ਜਿਹੜਾ ਖਾਲਸਤਾਨ ਮੂਵਮੈਂਟ ਦੇ ਖਿਲਾਫ ਸਟੈਂਡ ਰਿਹਾ ਕਿਹੜਾ ਖਾਲਸਤਾਨ ਮੂਵਮੈਂਟ ਦੇ ਬੰਦੇ ਨੇ ਕਿਹੜੇ ਨਹੀਂ ਐ ਸਭ ਨੂੰ ਪਤਾਗਾ ਪੰਜਾਬ ਦੇ ਇਤਿਹਾਸ ਦਾ ਹੈਗੀ ਐ ਸਾਰਾ ਕੁਝ ਕਾਂਗਰਸ ਦਾ ਕੀ ਸਟੈਂਡ ਰਿਹਾ ਭਾਜਪਾ ਦਾ ਕੀ ਰਿਹਾ ਅਕਾਲੀਆਂ ਦਾ ਕੀ ਰਿਹਾ ਆਪ ਦਾ ਕੀ ਰਿਹਾ ਉੱਥੇ ਜਿਹੜੇ ਮੋਰਚੇ 'ਚ ਬੈਠੇ ਹੋ ਉਹ ਖੱਬੇ ਪੱਖੀ ਕਿਹੜੇ ਖੱਬੇ ਪੱਖੀ ਕੀ ਨੇ ਦੂਜੇ ਖੱਬੇ ਪੱਖੀ ਕੀ ਨੇ 10 ਕੈਟੇਗਰੀਆਂ ਦੇ ਤਾਂ ਖੱਬੇ ਪੱਖੀ ਨੇ ਉੱਥੇ 10 ਕੈਟੇਗਰੀਆਂ ਸਿੱਖਾਂ ਦੀਆਂ ਜਿੱਥੇ ਬੰਦੀਆਂ ਹੋ ਸਕਦੀਆਂ ਨੇ 10 ਕੈਟੇਗਰੀਆਂ 'ਚ ਰਾਈਟ ਹੋ ਸਕਦਾਗਾ ਉਹ ਤਾਂ ਵੱਖ-ਵੱਖ ਕੈਟੇਗਰੀਆਂ ਨੇ ਜੀ ਪਰ ਮਸਲਾ ਇਹ ਹੈਗਾ ਕਿ ਤੁਸੀਂ ਇੱਕ ਸਾਂਝੇ ਮੋਰਚੇ 'ਚ ਮਾਸ ਮੂਵਮੈਂਟ ਕੀ ਹੁੰਦੀ ਹੈ ਪੀਪਲ ਮੂਵਮੈਂਟ ਕੀ ਹੁੰਦੀ ਹੈ ਜਿੱਥੇ ਸਾਂਝੇ ਇਸ਼ੂ ਦੇ ਉੱਤੇ ਸਾਂਝਾ ਪ੍ਰੋਗਰਾਮ ਲੈ ਕੇ ਸਾਂਝੀ ਵਾਲਤਾ ਨਾਲ ਚੱਲਣਾ ਹੁੰਦਾ ਨਾ ਕਿ ਆਪਣੀ ਰਾਜਨੀਤੀ ਚਮਕਾਉਣੀ ਹੁੰਦੀ ਆ ਉਹ ਕਿਸੇ ਨੂੰ ਵੀ A B C D ਕੋਈ ਵੀ ਹੋ ਸਕਦਾ ਹੋ ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਇਹ ਅੰਦੋਲਨ ਸਾਂਝਾ ਅੰਦੋਲਨ ਆ ਸਬਦਾਂ ਅੰਦੋਲਨ ਆ ਸਭ ਨੂੰ ਸਾਰਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ